ਸਾਡੀ ਪੰਜਾਬੀ ਇੰਡਸਟਰੀ ਦੀ ਇੱਕ ਅਜਿਹੀ ਅਦਾਕਾਰਾ ਹੈ ਜਿਨ੍ਹਾਂ ਦੇ ਨੱਚਣ ਗਾਣ ਤੋਂ ਲੈ ਕੇ ਉਹਨਾਂ ਦੀ ਅਦਾਕਾਰੀ ਦਾ ਹਰ ਕੋਈ ਦੀਵਾਨਾ ਹੈ। ਜੀ ਮੈਂ ਗੱਲ ਕਰ ਰਹੀ ਹਾਂ ਨੀਰੂ ਬਾਜਵਾ ਦੇ ਬਾਰੇ, ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਇੱਕ ਰਿਕਾਰਡ ਬ੍ਰੇਕ ਕੀਤਾ ਸੀ। ਜੀ ਤੁਸੀਂ ਬਿਲਕੁਲ ਸਹੀ ਗੈਸ ਕੀਤਾ, ਉਹਨਾਂ ਦਾ ਸੌਂਗ ਯਾਨੀ ਕਿ ਲੌਂਗ ਲਾਚੀ ਨੇ ਡਿਸੰਬਰ ਦੇ ਮੰਥ ਦੇ ਵਿੱਚ ਇੱਕ ਰਿਕਾਰਡ ਬ੍ਰੇਕ ਕੀਤਾ ਸੀ, ਜਿੱਥੇ ਉਹਨਾਂ ਦਾ ਗਾਣਾ ਲੌਂਗ ਲਾਚੀ ਬਣ ਗਿਆ ਸੀ ਫਸਟ ਇੰਡੀਅਨ ਮਿਊਜ਼ੀਕਲ ਵੀਡੀਓ ਜਿਸ ਦੇ 1 ਬਿਲੀਅਨ ਵਿਊਜ਼ ਹੋ ਗਏ ਸੀ। ਇਸ ਗਾਣੇ ਨੇ ਬਹੁਤ ਹੀ ਵੱਡਾ ਰਿਕਾਰਡ ਬ੍ਰੇਕ ਤਾਂ ਕੀਤਾ, ਉਸ ਦੇ ਨਾਲ ਹੀ ਨੀਰੂ ਬਾਜਵਾ ਦੇ ਘਰ ਖੁਸ਼ੀਆਂ ਵੀ ਬਹੁਤ ਜਲਦੀ ਆਉਣ ਵਾਲੀਆਂ ਨੇ। ਇਹ ਤਾਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਬਹੁਤ ਜਲਦੀ ਨੀਰੂ ਬਾਜਵਾ ਵੈਲਕਮ ਕਰਨਗੇ ਟਵਿਨ ਬੇਬੀਜ਼ ਨੂੰ ਆਪਣੇ ਘਰ, ਤੇ ਇਸਦੀ ਅਨਾਊਂਸਮੈਂਟ ਵੀ ਉਹਨਾਂ ਨੇ ਕੁਛ ਚਿਰ ਪਹਿਲਾਂ ਸਾਡੇ ਸਾਰਿਆਂ ਨਾਲ ਕੀਤੀ ਸੀ। ਤੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਨੀਰੂ ਬਾਜਵਾ ਤੇ ਉਹਨਾਂ ਦੇ ਹਸਬੈਂਡ ਹੈਰੀ ਜਵੰਦਾ ਦੀ ਕਿਊਟ ਜਿਹੀ ਡਾਟਰ ਹੈ ਜਿਸਦਾ ਨਾਮ ਹੈ ਅਨਾਇਆ ਕੌਰ ਜਵੰਦਾ। ਇਸ ਫੈਮਿਲੀ ਦੇ ਵਿੱਚ ਦੋ ਖਾਸ ਮੈਂਬਰ ਬਹੁਤ ਹੀ ਜਲਦੀ ਜੁੜਨ ਵਾਲੇ ਨੇ ਤੇ ਇਸਦੀ ਸੈਲੀਬ੍ਰੇਸ਼ਨ ਵੀ ਸ਼ੁਰੂ ਹੋ ਚੁੱਕੀ ਹੈ। ਜੀ ਹਾਂ, ਨੀਰੂ ਬਾਜਵਾ ਨੇ ਹਾਲ ਹੀ ਦੇ ਵਿੱਚ ਸੈਲੀਬ੍ਰੇਟ ਕੀਤਾ ਆਪਣਾ ਬੇਬੀ ਸ਼ਾਵਰ, ਜਿੱਥੇ ਉਹਨਾਂ ਦੇ ਖਾਸ ਫੈਮਿਲੀ ਔਰ ਫਰੈਂਡਸ ਪਹੁੰਚੇ ਸੀ ਤੇ ਇਸ ਖਾਸ ਮੂਮੈਂਟ ਨੂੰ ਉਹਨਾਂ ਨੇ ਆਪਣੀ ਇੰਸਟਾਗ੍ਰਾਮ ਫੈਮਿਲੀ ਦੇ ਨਾਲ ਵੀ ਸ਼ੇਅਰ ਕੀਤਾ। ਸੋ ਜੀ ਚੈੱਕ ਕਰਦੇ ਨੀਰੂ ਬਾਜਵਾ ਦੇ ਇਸ ਬੇਬੀ ਸ਼ਾਵਰ ਤੋਂ ਕੁਝ ਪਿਕਚਰਸ ਤੇ ਉਹਨਾਂ ਦੀ ਕਿਊਟ ਜਿਹੀ ਪੋਸਟ। ਲਿਖਿਆ, ਥੈਂਕ ਯੂ ਫੈਮਿਲੀ ਫਾਰ ਸੈਲੀਬ੍ਰੇਟਿੰਗ ਵਿਦ ਮੀ। ਇਹ ਪੋਸਟ ਬਹੁਤ ਹੀ ਜ਼ਿਆਦਾ ਕਿਊਟ ਲੱਗ ਰਹੀ ਹੈ, ਉਹਨਾਂ ਦੇ ਫੈਮਿਲੀ ਫਰੈਂਡਸ ਆਈ ਐਮ ਸ਼ੋਰ ਬਹੁਤ ਜ਼ਿਆਦਾ ਐਕਸਾਈਟਡ ਆ ਨੀਰੂ ਬਾਜਵਾ ਦੇ ਬੇਬੀਜ਼ ਨੂੰ ਦੇਖਣ ਦੇ ਲਈ। ਤੇ ਇੱਥੇ ਮੈਂ ਤੁਹਾਨੂੰ ਇੱਕ ਹੋਰ ਗੁੱਡ ਨਿਊਜ਼ ਦੇਣਾ ਚਾਹੁੰਦੀ ਕਿ ਨੀਰੂ ਬਾਜਵਾ ਦੇ ਘਰ ਜਿਹੜੇ ਟਵਿਨ ਬੇਬੀਜ਼ ਹੋਣ ਵਾਲੇ ਨੇ ਉਹ ਦੋਨੋਂ ਹੀ ਗਰਲਸ ਨੇ, ਤੇ ਇਸ ਦੇ ਬਾਰੇ ਸਾਨੂੰ ਪਤਾ ਲੱਗਿਆ ਇਸ ਪੋਸਟ ਦੇ ਵਿੱਚ ਇੱਕ ਪਿਕਚਰ ਨੂੰ ਦੇਖਣ ਤੋਂ ਬਾਅਦ। ਇਸ ਪੋਸਟ ਦੇ ਵਿੱਚ ਇੱਕ ਪਿਕਚਰ ਸ਼ੇਅਰ ਕੀਤੀ ਹੈ ਨੀਰੂ ਬਾਜਵਾ ਨੇ, ਜਿਸ ਦੇ ਨਾਮ ਲਿਖਿਆ ਹੋਇਆ ਸਾਨੂੰ ਨਜ਼ਰ ਆ ਰਿਹਾ ਅਕੀਰਾ ਤੇ ਆਲਿਆ, ਯਾਨੀ ਕਿ ਦੋ ਬੇਬੀ ਗਰਲਸ ਬਹੁਤ ਜਲਦੀ ਨੀਰੂ ਬਾਜਵਾ ਦੇ ਘਰ ਆਉਣ ਵਾਲੇ ਨੇ। ਜਿੱਥੇ ਅਸੀਂ ਦੇਖਿਆ ਬਾਜਵਾ ਸਿਸਟਰਸ ਨੂੰ ਹਰ ਵਾਰ, ਉੱਥੇ ਆਈ ਐਮ ਸ਼ੋਰ ਕਿ ਅਨਾਇਆ, ਅਕੀਰਾ ਤੇ ਆਲਿਆ ਦੀ ਵੀ ਜੋੜੀ ਇਦਾਂ ਹੀ ਜਾਣੀ ਜਾਵੇਗੀ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ। ਪਰ ਉਹਦੇ ਜੇ ਅਸੀਂ ਨੀਰੂ ਬਾਜਵਾ ਦੇ ਫੇਸ ਵੱਲ ਦੇਖੀਏ, ਇਹਨਾਂ ਸਾਰੇ ਪਿਕਚਰਸ ਦੇ ਵਿੱਚ ਉਹਨਾਂ ਦੇ ਫੇਸ ਤੇ ਪ੍ਰੈਗਨੈਂਸੀ ਗਲੋ ਬਹੁਤ ਹੀ ਜ਼ਿਆਦਾ ਫਬ ਰਿਹਾ ਹੈ। ਐਂਡ ਆਈ ਐਮ ਪ੍ਰੀਟੀ ਸ਼ੋਰ ਕਿ ਤੁਸੀਂ ਵੀ ਨੀਰੂ ਬਾਜਵਾ ਨੂੰ ਕੰਗ੍ਰੈਚੁਲੇਟ ਕਰਨਾ ਚਾਹੁੰਦੇ ਹੋ। ਸੋ ਤੁਸੀਂ ਵੀ ਨੀਰੂ ਬਾਜਵਾ ਲਈ ਆਪਣੇ ਵਿਸ਼ਸ ਲਿਖ ਸਕਦੇ ਹੋ। ਸੋ ਨੀਚੇ ਦੇ ਕਮੈਂਟ ਬਾਕਸ ਦੇ ਵਿੱਚ ਆਪਣੀ ਵਿਸ਼ਸ ਲਿਖ ਕੇ ਜ਼ਰੂਰ ਦੱਸੋ ਤੇ ਇਹੋ ਜਿਹੀ ਹੋਰ ਇੰਟਰਸਟਿੰਗ ਬਾਲੀਵੁੱਡ ਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨ ਲਈ ਨੀਚੇ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਨਿਊਜ਼ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।